ਦੇਖੋ ਅਸੀਂ ਇੱਕੋ ਸਿੱਖ ਸੰਸਥਾ ਜਦੋਂ ਵੀ ਸ਼ੁਰੂ ਹੋਈ ਹੈ ਇਹਨੇ ਸਿੱਖ ਧਰਮ ਦੇ ਨਾਲ ਜਿਹੜਾ ਕੁਦਰਤ ਦਾ ਮੈਸੇਜ ਆ ਉਹਦਾ ਸੁਨੇਹਾ ਉਹ ਦੁਨੀਆ ਤੱਕ ਪਹੁੰਚਾਉਣ ਦਾ ਜਿਹੜਾ ਟੀਚਾ ਲੈ ਕੇ ਚੱਲੀ ਆ ਅਤੇ ਇਹੋ ਜਿਹਾ ਕੋਈ ਅਸਥਾਨ ਸਿੱਖ ਹਿਸਟਰੀ 'ਚ ਮੌਜੂਦ ਨਹੀਂ ਸੀ ਜਿੱਥੇ ਸਿੱਖ ਇਤਿਹਾਸ ਜਾਂ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਰੁੱਖਾਂ ਦਾ ਜਿਹੜਾ ਅਸੀਂ ਇੱਕ ਜਗ੍ਹਾ ਹੀ ਸੰਗ੍ਰਹਿ ਦੇਖ ਸਕੀਏ ਇਕੱਠੇ ਕਿਤੇ ਨਹੀਂ ਸੀ ਪਾਏ ਜਾਂਦੇ ਸੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਇੱਕੋ ਸਿੱਖ ਵੱਲੋਂ ਜਿਹੜਾ 550 ਗੁਰੂ ਦੇ ਨਾਮ ਕਰਕੇ ਮੁਹਿੰਮ ਸ਼ੁਰੂ ਕੀਤੀ ਗਈ ਉਹਦੇ ਅਧੀਨ ਅਸੀਂ ਇੱਥੇ 13 ਪ੍ਰਜਾਤੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀਆਂ ਗਈਆਂ ਰੁੱਖਾਂ ਦੀਆਂ ਜਿਵੇਂ ਨਿੰਮ ਹੈ, ਬੋਹੜ ਹੈ, ਪਿੱਪਲ ਹੈ, ਖਜੂਰ ਹੈ, ਚੰਦਨ ਹੈ, ਇਹ ਸਾਰੀਆਂ ਪ੍ਰਜਾਤੀਆਂ ਆਦਿ ਹੋਰ ਇੱਥੇ ਅਸੀਂ ਸਾਰੀਆਂ ਇੱਥੇ ਸੰਗ੍ਰਹਿ ਕੀਤੀਆਂ ਗਈਆਂ। ਪੱਤੋ ਹੀਰਾ ਸਿੰਘ ਦੇ ਗੁਰੂ ਨਾਨਕ ਬਾਗ ਦੀ ਇਨੋਗਰੇਸ਼ਨ ਕੀਤੀ ਗਈ ਹੈ ਸੰਗਤਾਂ ਦੇ ਸਾਰੇ ਜਿਹੜੇ ਮਦਦ ਦੇ ਨਾਲ ਅਤੇ ਇੱਥੇ ਸਾਰੀਆਂ ਸੰਗਤਾਂ ਆ ਕੇ ਜਿਹੜੇ ਰੁੱਖ ਨੂੰ ਨਾਲ ਦੇਖ ਸਕਦੀਆਂ, ਨਾਲ ਗੁਰਬਾਣੀ ਦੀਆਂ ਤੁਕਾਂ ਵੀ ਪੜ੍ਹ ਸਕਦੀਆਂ ਢੁੱਕਦੀਆਂ, ਜਿਵੇਂ ਚੰਦਨ ਦੇ ਨਾਲ ਤੁਕ ਆਉਂਦੀ ਹੈ ਸੋ ਚੰਦਨ ਦੇ ਨਾਲ ਜਿਹੜੀ ਗੁਰਬਾਣੀ ਦੀ ਤੁਕ ਹੈ ਉਹ ਦਿੱਤੀ ਗਈ ਹੈ, ਨਿੰਮ ਦੇ ਨਾਲ ਢੁੱਕਦੀ ਤੁਕ ਉਹ ਵੀ ਲਿਖੀ ਗਈ ਹੈ, ਨਾਲ ਉਹਦੇ ਨਾਲ ਉਹਦੇ ਉਹਦੇ ਬੋਟੈਨੀਕਲ ਨੇਮ, ਅੰਗਰੇਜ਼ੀ ਨੇਮ, ਪੰਜਾਬੀ ਨੇਮ, ਇਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ। ਸੋ ਕੇਵਲ ਨਾ ਕੇਵਲ ਇਹ ਸਿੱਖ ਕਮਿਊਨਿਟੀ ਨੂੰ ਬਲਕਿ ਇਹਦੇ ਨਾਲ ਨਾਲ ਜਿਹੜੀ ਭਾਰਤ ਦੀਆਂ ਹੋਰ ਕਮਿਊਨਿਟੀਜ਼ ਨੇ ਉਹਨਾਂ ਨੂੰ ਵੀ ਇਹ ਸੁਨੇਹਾ ਦਊਗੀ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਗੁਰਬਾਣੀ ਵਿੱਚ ਰੁੱਖਾਂ ਦਾ, ਕੁਦਰਤ ਦਾ ਪਿਆਰ ਭਰਿਆ ਹੈ ਉਹ ਕਿਸ ਸੰਦਰਭ ਨਾਲ, ਕਿਸ ਪਰਸਪੈਕਟਿਵ ਤੋਂ ਲਿਖਿਆ, ਆਉਣ ਵਾਲੀਆਂ ਪਨੀਰੀਆਂ ਨੂੰ ਵੀ ਕੁਦਰਤ ਦੀ ਸੰਭਾਲ ਦੀ ਜਾਗ ਜਿਹੜੀ ਇੱਥੋਂ ਲੱਗੇਗੀ ਅਤੇ ਇਤਿਹਾਸ ਰਚਿਆ ਜਾ ਰਿਹਾ ਕਿਉਂਕਿ ਇਹੋ ਜਿਹਾ ਕੰਮ ਪਿਛਲੇ 500 ਸਾਲਾਂ ਵਿੱਚ ਸਿੱਖਾਂ ਦੇ ਕੋਲੋਂ ਨਹੀਂ ਹੋਇਆ ਸੀ, ਇਹ ਸਿੱਖ ਇਤਿਹਾਸ 'ਚ ਨਹੀਂ ਸੀ ਹੋਇਆ ਅਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਮਿਹਰ ਸਦਕਾ ਪੱਤੋ ਹੀਰਾ ਸਿੰਘ ਪਿੰਡ ਵਿਖੇ ਇੱਕੋ ਸਿੱਖ ਵੱਲੋਂ ਜਿਹੜੀ ਸੇਵਾ ਲਈ ਗਈ ਹੈ। 400 ਤੋਂ ਉੱਪਰ ਰੁੱਖ ਲਗਾਏ ਗਏ ਹਨ, ਉਹ ਸਾਰੇ ਤੁਸੀਂ ਇਹ ਬਾਗ ਦੇ ਵਿੱਚ ਦੇਖ ਰਹੇ ਹੋ ਕਿ ਰੁੱਖ ਲੱਗ ਰਹੇ ਹਨ। ਨਿੰਮ ਦੇ ਜਿਹੜੀ ਰੁੱਖ ਦੀ ਸ਼ੁਰੂਆਤ 5 ਸਿੰਘਾਂ ਵੱਲੋਂ ਕੀਤੀ ਗਈ ਹੈ ਅਤੇ ਬਾਕੀ ਹੁਣ ਖਜੂਰ ਦੇ ਰੁੱਖ ਲੱਗ ਰਹੇ ਨੇ, ਅੱਗੇ ਸਾਰੀਆਂ ਪ੍ਰਜਾਤੀਆਂ ਦੇ ਰੁੱਖ ਲੱਗ ਰਹੇ ਨੇ ਅਤੇ ਸਾਰੀਆਂ ਦੂਰ ਦੁਰਾਡੇ ਬੈਠੀਆਂ ਸੰਗਤਾਂ ਨੂੰ ਇਹੀ ਬੇਨਤੀ ਹੈ ਜਦੋਂ ਵੀ ਪੰਜਾਬ ਤੁਸੀਂ ਆਓ ਜਾਂ ਮੋਗੇ ਦੇ ਕੋਲ ਆਓ ਪੱਤੋ ਹੀਰਾ ਸਿੰਘ ਪਿੰਡ ਵਿਖੇ ਗੁਰੂ ਨਾਨਕ ਬਾਗ ਨੂੰ ਜ਼ਰੂਰ ਦੇਖ ਕੇ ਜਾਓ ਤਾਂ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਸੁਨੇਹਾ ਦਿੱਤਾ ਹੈ ਕੁਦਰਤ ਨੂੰ ਸੰਭਾਲ ਕਰਨ ਦਾ, ਕੁਦਰਤ ਦੇ ਬਾਰੇ ਜੋ ਸਮਾਚਾਰ ਦਿੱਤਾ ਹੈ ਗੁਰਬਾਣੀ ਦੇ ਵਿੱਚ ਉਹਨੂੰ ਅਸੀਂ ਰੂਬਰੂ ਆਪਣੀ ਅੱਖਾਂ ਸਾਹਮਣੇ ਵੇਖੀਏ। ਕਦੋਂ ਤੱਕ ਇਹ ਕੰਪਲੀਟ ਕਰ ਦੂੰਗੇ? ਹਾਂਜੀ, ਕਦੋਂ ਤੱਕ ਤਿਆਰ ਹੋ ਜਾਏਗਾ ਜੀ ਇਹ ਬਾਗ? ਜਿਹੜਾ ਜੀ ਸਾਡਾ ਟੀਚਾ ਕਿ 2019 ਵਿੱਚ ਇਹ ਵੱਡੇ ਪੱਧਰ 'ਤੇ ਇਹਦੀ ਜਿਹੜੀ ਇਨੋਗਰੇਸ਼ਨ ਕੀਤੀ ਜਾਵੇ, ਇਹਦੀ ਓਪਨਿੰਗ ਕੀਤੀ ਜਾਵੇ ਸੰਗਤਾਂ ਦੇ ਲਈ। ਪਰ ਜਿਹੜੀਆਂ ਬਾਗਾਂ ਦੇ ਕੰਮ ਨੇ ਇਹ ਲਗਾਤਾਰ ਡਿਵੈਲਪਮੈਂਟ ਹੁੰਦੀ ਜਾਣੀ ਹੈ ਕਿਉਂਕਿ ਬੂਟੇ ਕਈ ਝੜਦੇ ਨੇ, ਵੱਧਦੇ ਨੇ, ਕਈ ਹੋਰ ਅਸੀਂ ਨਵੇਂ ਲਾਉਣੇ ਹੁੰਦੇ ਆ, ਇਹ ਕੰਮ ਚੱਲਦਾ ਰਹਿਣਾ। ਪਰ 2019 ਵਿੱਚ ਇਹਦੀ ਇਨੋਗਰੇਸ਼ਨ ਕੀਤੀ ਜਾਏਗੀ ਵੱਡੇ ਪੱਧਰ 'ਤੇ। ਇੱਥੋਂ ਦੀ ਧਰਤੀ ਚੁਣਨ ਦਾ ਮੇਨ ਕਾਰਨ ਕੀ ਹੈ ਜੀ? ਸੋ ਇਹ ਧਰਤੀ ਚੁਣਨ ਦਾ ਇੱਕ ਵੱਡਾ ਕਾਰਨ ਇਹ ਸੀਗਾ ਕਿ ਗੁਰੂ ਨਾਨਕ ਦੇਵ ਜੀ ਦੇ ਚਰਨ ਇੱਥੇ ਪਏ ਨੇ। ਇਦੋਂ ਬਾਅਦ 3 ਪਾਤਸ਼ਾਹੀਆਂ ਹੋਰ ਇੱਥੇ ਪਾਸੇ 6ਵੀਂ, 7ਵੀਂ ਅਤੇ 10ਵੀਂ ਉਹਨਾਂ ਨੇ ਚਰਨ ਪਾਏ ਆ। ਅਤੇ ਦੂਜਾ ਵੱਡਾ ਕਾਰਨ ਇਹ ਸੀ ਕਿ ਇਹ ਪਿੰਡ ਜਿਹੜਾ ਪੱਤੋ ਹੀਰਾ ਸਿੰਘ, ਇੱਥੋਂ ਦੀ ਸੰਸਥਾ ਜਿਹੜੀ ਪੈਟਲਸ ਹੈ, ਉਹਨਾਂ ਦਾ ਕੁਦਰਤ ਪ੍ਰਤੀ ਜਿਹੜਾ ਪ੍ਰੇਮ ਹੈ, ਜਿਨ੍ਹਾਂ ਨੇ ਸਾਰਾ ਕੰਮ ਕਰਕੇ ਵਿਖਾਇਆ, ਇਹ ਜਿਹੜੀ 13 ਏਕੜ ਦੀ ਜ਼ਮੀਨ ਨੂੰ ਉਹਨਾਂ ਨੇ ਤਬਦੀਲ ਕਰ ਦਿੱਤਾ ਪਾਰਕ ਦੇ ਵਿੱਚ, ਅਤੇ ਹੁਣ ਉਹਦੇ ਵਿੱਚੋਂ 5 ਏਕੜ ਜਿਹੜੀ ਹੈ ਗੁਰੂ ਨਾਨਕ ਬਾਗ ਦੇ ਲੇਖੇ ਜਿਹੜੀ ਲੱਗੀ ਕੁਦਰਤ ਜਿਹੜੀ ਇੱਕੋ ਸਿੱਖ ਦੀ ਝੋਲੀ ਸੇਵਾ ਪਈ ਹੈ। ਇਹ ਵੱਡਾ ਕਾਰਨ ਹੈ ਕਿ ਪੱਤੋ ਦੇ ਜਿਹੜੇ ਨਿਵਾਸੀ ਨੇ ਇਹ ਕੁਦਰਤ ਨਾਲ ਜੁੜੇ ਹੋਏ ਆ। ਠੀਕ ਹੈ, ਧੰਨਵਾਦ। ਸਾਹਿਬ ਨੇ ਕਿਹਾ ਸੀ ਬਿਰਖੇ ਹੇਠ ਸਭੇ ਜੰਤ ਇਕੱਠੇ। ਸੋ ਇਹ ਜਿਹੜੇ ਜਿੰਨੀ ਸਾਡੀ ਸ੍ਰਿਸ਼ਟੀ ਹੈ ਇਹਦਾ ਮੂਲ ਰੁੱਖ ਨੇ, ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਤੇ ਪਹਿਲੇ ਪਾਤਸ਼ਾਹੀ ਦਾ 550ਵਾਂ ਜਿਹੜਾ ਹੈ ਪ੍ਰਕਾਸ਼ ਦਿਵਸ ਜਿਹੜਾ 2019 'ਚ ਆ ਰਿਹਾ, ਉਹਦੇ ਲਈ ਇਹ ਜਿਹੜਾ ਉਪਰਾਲਾ ਈਕੋ ਸਿੱਖ ਵੱਲੋਂ ਪਿੰਡ ਦੀ ਜਿਹੜੀ ਹੈਗੀ ਆ ਸਮੂਹ ਪੱਤੋ ਹੀਰਾ ਸਿੰਘ ਦੇ ਨਗਰ ਨਿਵਾਸੀ ਆ, ਪੈਟਲ ਸੰਸਥਾ ਹੈਗੀ ਆ, ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਕੰਮ ਕਰਨਾ ਚਾਹਿਆ ਅਤੇ ਉਹਦੇ ਲਈ ਜਿਹੜੀਆਂ ਤਕਨੀਕੀ ਸੇਵਾਵਾਂ ਜਿਹੜੀਆਂ ਹੈਗੀਆਂ ਮੈਂ ਪ੍ਰੋਵਾਈਡ ਕਰ ਰਿਹਾ ਕਿ ਕਿੱਥੇ ਕਿਹੜਾ ਬੂਟਾ ਲੱਗ ਸਕਦਾ, ਕਿਵੇਂ ਹੋ ਸਕਦਾ, ਇਹਦੀ ਵਿਉਂਤਬੰਦੀ ਦੀ ਜੇ ਆਪਾਂ ਗੱਲ ਕਰੀਏ। ਅਤੇ ਇਹ ਜਿਹੜਾ ਗੁਰੂ ਨਾਨਕ ਬਾਗ ਆ ਇਹਨੂੰ ਬਣਾਉਣ ਦੇ ਪਿੱਛੇ ਮੁੱਖ ਮਕਸਦ ਕੀ ਆ? ਉਹ ਇਹ ਹੈ ਕਿ ਜਿਹੜੇ ਰੁੱਖ ਪੌਦਿਆਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਤਾਂ ਉਹਨਾਂ ਨੂੰ ਅਸੀਂ ਖੁਦ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਅਸਲ ਰੂਪ 'ਚ ਦੇਖ ਸਕਣ।
ਸੋ ਇਹ ਵਿਸ਼ਵ ਤੇ ਧਰਤ ਤੇ ਪਹਿਲੀ ਵਾਰੀ ਇਹ ਹੋ ਰਿਹਾ ਕਿ ਕੋਈ ਇੱਦਾਂ ਦਾ ਜਿਹੜਾ ਆਪਾਂ ਕਹਿ ਲਈਏ ਕਿ ਸਥਾਨ ਤੇ ਬੂਟੇ ਰੁੱਖ ਬੂਟੇ ਲਾਏ ਜਾ ਰਹੇ ਆ ਜਿਹਨਾਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਆ, ਉਹ ਚਾਹੇ ਸਾਡੇ ਮਊਆ ਹੈ, ਚਾਹੇ ਪਿੱਪਲ ਆ, ਬੋੜ ਆ, ਸਿੰਬਲ ਹੈ, ਮਹਿੰਦੀ ਹੈ, ਬਾਂਸ ਹੈ, ਇਹ ਅਸੀਂ ਪਹਿਲੇ ਫੇਜ਼ ਦੇ ਵਿੱਚ ਜਿਹੜੇ 13 ਕਿਸਮਾਂ ਦੇ ਰੁੱਖ ਨੇ ਉਹ ਲਾਉਣ ਜਾ ਰਹੇ ਹਾਂ। ਇਸ ਤੋਂ ਬਾਅਦ ਅਗਲਾ ਫੇਜ਼ ਜਿਹੜਾ ਥੋੜ੍ਹੀ ਦੇਰ ਬਾਅਦ ਕੀਤਾ ਜਾਊਗਾ ਉਹਦੇ 'ਚ ਜਿਹੜੇ ਛੋਟੇ ਬੂਟੇ ਨੇ ਤਾਂ ਉਹਦੇ ਵਿੱਚ ਛੋਟੇ ਬੂਟਿਆਂ ਦੇ ਵਿੱਚ ਜਿਵੇਂ ਧਤੂਰਾ ਵੀ ਆ ਜਾਂਦਾ, ਕਮਲ ਵੀ ਆ ਜਾਂਦਾ, ਤਾਂ ਉਹ ਸਾਰੇ ਬੂਟਿਆਂ ਦਾ ਜਿਹੜਾ ਜਿੰਨੇ ਮਤਲਬ ਕੁੱਲ ਮਿਲਾ ਕੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿੰਨੇ ਰੁੱਖ ਪੌਦਿਆਂ ਦਾ ਜ਼ਿਕਰ ਆ ਉਹ ਅਸੀਂ ਇੱਥੇ ਲਾਉਣ ਜਾ ਰਹੇ ਹਾਂ। ਇਹਦਾ ਮੁੱਖ ਮਕਸਦ ਇਹ ਹੈ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਾਂ ਸਾਡੇ ਜਿਹੜੇ ਖੋਜੀ ਨੇ ਉਹ ਲੋਕ ਜਿਹੜੇ ਕੰਮ ਕਰ ਰਹੇ ਨੇ, ਨੇਚਰ 'ਤੇ ਕੰਮ ਕਰ ਰਹੇ ਨੇ, ਧਰਮ 'ਤੇ ਕੰਮ ਕਰ ਰਹੇ ਨੇ, ਤਾਂ ਉਹ ਆ ਕੇ ਇੱਥੇ ਦੇਖ ਸਕਣ ਕਿ ਮਜੀਠ ਆ ਤਾਂ ਉਹ ਕਿੱਦਾਂ ਦਾ, ਜੇ ਸਿੰਬਲ ਹੈ ਤਾਂ ਉਹ ਕਿੱਦਾਂ ਦਾ। ਸੋ ਇਹ ਪਰਮਾਤਮਾ ਦੀ ਦਇਆ ਨਾਲ ਲੀਲੀ ਸ਼ਕਤਾ ਲੈਣੀ ਕਿਰਪਾ ਕੀਤੀ ਹੈ ਅਤੇ ਉਹਦੇ ਕਰਕੇ ਸਾਰਾ ਕੁਛ ਇਹ ਕਾਰਜ। ਟੋਟਲ ਕਿੰਨੀਆਂ ਤਰ੍ਹਾਂ ਦੇ ਦਰਖਤ ਜਿਹੜੇ ਨੇ ਇੱਥੇ ਲਾਏ ਜਾਣਗੇ? ਟੋਟਲ 40 ਕਿਸਮਾਂ ਦੇ ਜਿਹੜੇ ਰੁੱਖ ਪੌਦੇ ਲਾਏ ਜਾਣਗੇ, ਦਰਖਤ 13 ਕਿਸਮਾਂ ਦੇ। ਅੱਜ ਸ਼ੁਰੂਆਤ ਕਿੰਨਿਆਂ ਤੋਂ ਕਰੀ? ਅੱਜ 13 ਤੋਂ ਕੀਤੀ ਹੈ।